ਪੰਜਾਬ ਸਰਕਾਰ ਮੁਰਦਾਬਾਦ ਸਾਡੀਆਂ ਮੰਗਾਂ ਪੂਰੀਆਂ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਪੰਜਾਬ ਸਰਕਾਰ ਮੁਰਦਾਬਾਦ ਛੋਟੇ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਪੰਜਾਬ ਵੱਲੋਂ ਮੁਲਾਜ਼ਮਾਂ ਦੀਆਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਦਿਖਾਈ ਜਾ ਰਹੀ ਬੇਰੁਖੀ ਅਤੇ ਬੇਈਮਾਨੀ ਪ੍ਰਤੀ ਸਮੁੱਚੇ ਪੰਜਾਬ ਵਿੱਚ 20 ਤੋਂ 27 ਮਈ ਤੱਕ ਸਮੂਹ ਮੁਲਾਜ਼ਮ ਡਿਊਟੀ ਦੌਰਾਨ ਕਾਲੇ ਵੇਲੇ ਪੱਟੀਆਂ ਬੰਨ੍ਹ ਕੇ ਰੋਸ ਹਫ਼ਤਾ ਮਨਾਉਣ ਦੇ ਸੱਦੇ 'ਤੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਅਧਿਆਪਕਾਂ ਨੇ ਕਾਲੇ ਵੇਲੇ ਲਗਾ ਕੇ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਕੇ ਮੁਲਾਜ਼ਮ ਪੱਖੀ ਮਤਦਾਨ ਨੂੰ 1 ਜਨਵਰੀ 2016 ਤੋਂ ਤੁਰੰਤ ਲਾਗੂ ਕੀਤਾ ਜਾਵੇ ਪਰ ਸਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਡੀਏ ਦੀ ਰਹਿੰਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਅਤੇ ਭਰੋਸਾ ਪੇ ਕਮਿਸ਼ਨ ਦੀ ਮੰਗ ਹੈ ਜਿਹੜੀ ਡਿਊ ਪਿਆ ਕਾਫੀ ਦੇਰ ਤੋਂ ਅਤੇ ਕਿਸ਼ਤਾਂ ਜਿਹੜੀਆਂ ਇਹ ਡੀਏ ਦੀਆਂ ਬਹੁਤ ਸਮੇਂ ਤੋਂ ਲਟਕੀਆਂ ਆ ਰਹੀਆਂ ਹੁਣ ਸਿਰਫ ਮੁਲਾਜ਼ਮਾਂ ਵਾਸਤੇ ਇੱਕ ਸੰਘਰਸ਼ ਦਾ ਰਾਹ ਹੀ ਰਹਿ ਗਿਆ ਕਿ ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਕਿਉਂਕਿ ਸਰਕਾਰ ਨਰਮੀ ਨਾਲ ਜਿਹੜੀ ਹੈ ਉਹ ਮੰਨ ਨਹੀਂ ਰਹੀ ਠੀਕ ਹੈ ਜੀ ਮੈਂ ਤਾਂ ਅਪੀਲ ਕਰਾਂਗਾ ਸਾਰੇ ਮੁਲਾਜ਼ਮ ਵਰਗ ਨੂੰ ਅਤੇ ਆਮ ਲੋਕਾਂ ਨੂੰ ਵੀ ਕਿ ਉਹ ਜਿਹੜੇ ਹੈ ਸਾਰੇ ਇਕੱਠੇ ਹੋ ਕੇ ਸਰਕਾਰ ਦਾ ਜਿਹੜਾ ਵਿਰੋਧ ਕਰਨ ਕੇ ਇਹਨਾਂ ਚੀਜ਼ਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਹੈ ਸਰਕਾਰ ਮੁਲਾਜ਼ਮਾਂ ਨੂੰ ਦੇਵੇ ਡੀਏ ਅਤੇ ਕਿਸ਼ਤ ਪੇ ਕਮਿਸ਼ਨ ਦੀ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦੀ ਤੋਂ ਜਲਦੀ ਲਾਗੂ ਕਰੇ ਕਰਨਗੇ ਅਸੀਂ ਜਿਹੜਾ ਪਿਛਲੇ ਕਰੀਬ 5 ਸਾਲ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਮੇਨ ਤੌਰ 'ਤੇ ਜਿਹੜਾ ਹੈ ਪੁਰਾਣੀ ਪੈਨਸ਼ਨ ਸਕੀਮ ਵਾਸਤੇ ਅਸੀਂ ਪਟਿਆਲੇ ਰੈਲੀ ਵੀ ਕੀਤੀ ਹੁਣ ਜਿਹੜਾ ਅਸੀਂ ਪਿਛਲੇ ਦਿਨੀ ਸਟਿੱਕਰ ਮੁਹਿੰਮ ਚਲਾਈ ਹੁਣ ਕੋਵਿਡ ਨੂੰ ਮੱਜੇ ਨਜ਼ਰ ਰੱਖਦੇ ਹੋਏ ਜਿਹੜਾ ਇਹ ਹਫ਼ਤਾ ਅਸੀਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕਰ ਰਿਹਾ ਹੈ ਸੰਘਰਸ਼ ਸਾਡਾ ਜਾਰੀ ਰਹੂੰਗਾ ਅਤੇ ਥੋੜ੍ਹਾ ਕੋਵਿਡ ਦੇ ਕਰਕੇ ਜਿਹੜਾ ਅਸੀਂ ਇਹਨੂੰ ਸੰਘਰਸ਼ ਨੂੰ ਆਪਣੇ ਨੂੰ ਸੀਮਿਤ ਕਰ ਰਹੇ ਹਾਂ ਅਤੇ ਜਿਵੇਂ ਵੀ ਸਟੇਟ ਬੋਡੀ ਦਾ ਕੋਈ ਵੀ ਅੱਗੇ ਕੋਈ ਪ੍ਰੋਗਰਾਮ ਹੋਊਗਾ ਉਸਨੂੰ ਅਸੀਂ ਲਾਗੂ ਕਰਾਂਗੇ 5 ਮਹੀਨੇ ਪਏ ਹੈ ਕਿਉਂਕਿ ਮੰਨ ਲਓ ਜਦੋਂ ਵੀ ਇਲੈਕਸ਼ਨ ਹੁੰਦਾ ਹੈ ਜਾਂ ਆਪਣਾ ਕੋਈ ਵੀ ਉਹਨਾਂ ਨੇ ਪੋਲੀਟੀਕਲ ਫੰਕਸ਼ਨ ਜਾਂ ਜਲਸਾ ਕਰਨਾ ਹੁੰਦਾ ਹੈ ਉਦੋਂ ਸੈਂਕੜੇ ਜਾਂ ਹਜ਼ਾਰਾਂ ਵੀ ਬੰਦੇ ਹੁੰਦੇ ਆ ਜਦੋਂ ਹੁਣ ਇਹਨਾਂ ਨੇ ਦੇਖ ਲਿਆ ਵੀ ਮੁਲਾਜ਼ਮ ਜਿਹੜੇ ਪਿਛਲੇ 2-3 ਮਹੀਨੇ ਤੋਂ ਜਦੋਂ ਸੀਗਾ ਸਮਾਂ ਪਟਿਆਲੇ ਜਾਂ ਜਿਹੜਾ ਸਿੱਖਿਆ ਮੰਤਰੀ ਜੀ ਦੇ ਕੋਠੀ ਦੇ ਖਰਾਬ ਕੀਤਾ ਜਾ ਰਿਹਾ ਉਹਨਾਂ ਨੂੰ ਜਿਹੜਾ ਇਹ ਮੰਨ ਲਓ ਕੰਟਰੋਲ ਕਰਨ ਲਈ ਇਹਨਾਂ ਨੇ ਜਿਹੜਾ ਇਹ ਬੰਦਿਸ਼ਾਂ ਲਾਈਆਂ ਇਹਦੇ ਮੰਨ ਲਓ ਕਰੋਨਾ ਨੂੰ ਆਪਣੇ ਆਪ ਲਈ ਵਰਤ ਰਹੇ ਸਰਕਾਰ ਜਦੋਂ ਸੱਤਾ ਵਿੱਚ ਆਈ ਹੈ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਮੁਲਾਜ਼ਮਾਂ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਜੋ ਕਿ ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਸਭ ਤੋਂ ਪਹਿਲਾਂ ਸਾਡੀ ਜਿਹੜੀ ਮੰਗ ਹੈ ਉਹ ਹੈ ਵੀ ਪੁਰਾਣੀ ਪੈਨਸ਼ਨ ਹੈ ਜਿਹੜੀ ਉਹ ਬਹਾਲ ਕੀਤੀ ਜਾਵੇ ਨੰਬਰ 2 'ਤੇ ਜਿਹੜਾ ਕੱਚੇ ਮੁਲਾਜ਼ਮ ਹੈ ਉਹ ਪੱਕੇ ਕੀਤੇ ਜਾਣਗੇ ਨੰਬਰ 3 'ਤੇ ਜਿਹੜਾ ਡੀਏ ਦੀਆਂ ਕਿਸ਼ਤਾਂ ਹੈ ਉਹ ਜਲਦੀ ਤੋਂ ਜਲਦੀ ਦਿੱਤੀਆਂ ਜਾਣ ਅਤੇ ਪੇ ਕਮਿਸ਼ਨ ਦੀ ਰਿਪੋਰਟ ਵੀ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ ਜੀ